ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਬਾਬਾ ਦੁੱਧਾਧਾਰੀ ਜੀ ਪੱਤੀ ਨੱਥਾ ਕੇ ਗੁਰਾਇਆ ਵਿਖੇ 33ਵਾਂ ਸਾਲਾਨਾ ਜੋੜ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਅਤੇ ਇਸ ਤੋਂ ਉਪਰੰਤ ਲੰਗਰ ਦੀ ਸੇਵਾ ਵੀ ਅਤੁੱਟ ਵਰਤਾਈ ਗਈ। ਇਸ ਮੌਕੇ ਜਸਵੰਤ ਸਿੰਘ ਢਿੱਲੋਂ, ਅਵਤਾਰ ਸਿੰਘ ਢਿੱਲੋਂ, ਹਰਮਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ, ਟੋਨੀ ਢਿੱਲੋਂ, ਨਰਿੰਦਰ ਸਿੰਘ, ਹੈਪੀ, ਅਮਰੀਕ ਸਿੰਘ ਢਿੱਲੋਂ, ਜਸਵੀਰ ਸਿੰਘ ਸ਼ੀਰਾ, ਤਰਵਿੰਦਰ ਸਿੰਘ ਆਦਿ ਮੌਜੂਦ ਸਨ ਅਤੇ ਇਸ ਮੌਕੇ 'ਤੇ ਸੰਗਤਾਂ ਵੀ ਵੱਡੀ ਸੰਖਿਆ ਵਿੱਚ ਹਾਜ਼ਰ ਸਨ। ਅੱਜ ਗੁਰਾਇਆ ਪੱਤੀ ਨੱਥਾ ਵਿਖੇ ਧੰਨ ਧੰਨ ਬਾਬਾ ਦੁੱਧਧਾਰੀ ਜੀ ਦੇ ਸਥਾਨ 'ਤੇ ਸਾਲਾਨਾ 33ਵਾਂ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਸ ਦੇ ਉਪਰੰਤ ਲੰਗਰ ਲਗਾਏ ਗਏ ਅਤੇ ਦੇਸਾ ਪਿਸਾ ਸਾਰਾ ਸੰਗਤਾਂ ਨੇ ਸਹਿਯੋਗ ਭੇਜਿਆ, ਜੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।